ਮੰਚ 'ਤੇ ਬਿਰਾਜਮਾਨ ਅਤੇ ਸਾਹਮਣੇ ਬੈਠੇ ਸਾਰੇ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਗੱਲ ਕਰਨ ਦਾ ਜਿਹੜਾ ਮੁਹਾਵਰਾ ਅਤੇ ਤਜ਼ਰਬਾ ਉਹ ਅਕਾਦਮਿਕ ਹੈ, ਅਤੇ ਮੈਂ ਇਹ ਸੋਚਦਾ ਕਿ ਉਸੇ ਤਰੀਕੇ ਗੱਲ ਕਰਾਂ। ਤੁਸੀਂ ਇੱਥੇ ਕੁਛ ਉੱਚੇ ਮੁਹਾਵਰੇ 'ਚ ਵੀ ਗੱਲ ਸੁਣੀ ਹੋਣੀ ਆ, ਤਾਂ ਪਰ ਮੇਰਾ ਉਸੇ ਤਰ੍ਹਾਂ ਦਾ ਰਹੇਗਾ ਜਿਸ ਤਰ੍ਹਾਂ ਦਾ ਮੁਹਾਵਰਾ। ਮੈਂ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਨਾਲ ਇਸ ਫੈਡਰਲ ਢਾਂਚੇ ਦੇ ਬਾਬਤ ਦੋ ਚਾਰ ਗੱਲਾਂ ਕਰਾਂਗਾ। ਸਿੱਖਾਂ ਕੋਲ ਜਿਹੜਾ ਸਿਧਾਂਤਕ ਆਧਾਰ ਹੈ ਸਰਬੱਤ ਦੇ ਭਲੇ ਦਾ, ਸਾਂਝੀਵਾਲਤਾ ਦਾ, ਉਹ ਇਸ ਤਰ੍ਹਾਂ ਦੇ ਸਾਰੇ ਰਾਹ ਦਿੰਦਾ ਜਿਸ ਤਰ੍ਹਾਂ ਦਾ ਫੈਡਰਲ ਢਾਂਚੇ ਦਾ ਰਾਹ ਹੈ। ਜੇ ਇਤਿਹਾਸਕ ਪੱਖ ਤੋਂ ਵੇਖੋ ਤਾਂ ਸਿੱਖਾਂ ਕੋਲ ਇੱਕ ਪਾਸੇ ਕਾਬਲ ਤੋਂ ਲੈ ਕੇ ਢਾਕੇ ਤੱਕ ਦਾ, ਅਤੇ ਧੁਰ ਪਹਾੜਾਂ ਤੋਂ ਸਿਖਰ ਤੋਂ ਹਿਮਾਲਿਆ ਤੋਂ ਲੈ ਕੇ ਸ਼੍ਰੀਲੰਕਾ ਤੱਕ ਦਾ ਜਿਹੜਾ ਸਾਰਾ ਖਿੱਤਾ ਹੈ ਉਹਦੇ ਨਾਲ ਸਿੱਖ ਇਤਿਹਾਸ ਜੁੜਿਆ ਹੋਇਆ। ਤਾਂ ਸਿੱਖਾਂ ਲਈ ਜਿੰਨਾ ਇਹ ਫੈਡਰਲ ਢਾਂਚਾ ਰਾਸ ਹੋ ਸਕਦਾ ਤਾਂ ਉਹਨਾਂ ਲਈ ਇਹ ਸਭ ਤੋਂ ਚੰਗਾ, ਅਤੇ ਉਹ ਸਾਰੇ ਇਸ ਲਈ ਆਸਬੰਦ ਨੇ। ਤਾਂ ਜਿਹੜੀ ਰਾਸੀ ਖੁਦਮੁਖਤਿਆਰੀ ਅਤੇ ਮੋਕਲੀਆਂ ਹੱਦਾਂ ਵਾਲਾ ਢਾਂਚਾ ਸਾਡੇ ਲਈ ਜਿੰਨਾ ਲਾਜ਼ਮੀ ਆ ਉਹ ਬੇਅੰਤ, ਕਿਉਂਕਿ ਪਾਕਿਸਤਾਨ ਦੇ ਵਿੱਚ ਜਦੋਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾਣਾ ਹੁੰਦਾ ਤਾਂ ਕਿੰਨੀ ਜ਼ਿਆਦਾ ਖਜਾਲਤ ਝੱਲਣੀ ਪੈਂਦੀ ਆ, ਅਤੇ ਜੇ ਉੱਥੇ ਜਾ ਕੇ ਕਿਸੇ ਸੱਜਣ ਮਿੱਤਰ ਨੂੰ ਮਿਲ ਲਓ ਤਾਂ ਹਿੰਦੁਸਤਾਨ ਦੇ ਜਿਹੜੇ ਗ੍ਰਹਿ ਮੰਤਰੀ ਦਾ ਇਹ ਬਿਆਨ ਆ ਜਾਂਦਾ ਕਿ ਉੱਥੇ ਜਾ ਕੇ ਤੁਸੀਂ ਲਿਹਾਜ਼ਾ ਨਾ ਪਾਓ, ਲੋਕਾਂ ਦੇ ਮਹਿਮਾਨ ਨਾ ਬਣੋ, ਨਹੀਂ ਅਗਲੇ ਸਾਲ ਤੋਂ ਵੀਜ਼ਾ ਨਹੀਂ ਦਿੱਤਾ ਜਾਵੇਗਾ। ਤਾਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਸਾਡੇ ਲਈ ਕਿੰਨਾ ਜ਼ਿਆਦਾ ਜ਼ਰੂਰੀ ਆ। ਸਿੱਖਾਂ ਨੇ ਕਈ ਯਤਨ ਕਰੇ ਇਹਦੇ ਆਧਾਰ ਇਹਦੇ ਲਈ, ਬੋਲੀ ਆਧਾਰਿਤ ਸੂਬੇ ਲਈ ਲੜਾਈ ਲੜੀ, ਅਨੰਦਪੁਰ ਸਾਹਿਬ ਦੇ ਮਤੇ ਵਾਲੀ ਗੱਲ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਅੰਮ੍ਰਿਤਸਰ ਐਲਾਨਨਾਮੇ ਵਾਲੀ ਗੱਲ ਯਾਦ ਹੈ, ਅਤੇ ਉਸ ਤੋਂ ਬਾਅਦ ਖਾਲਿਸਤਾਨ ਐਲਾਨਨਾਮੇ ਵਾਲੀ ਯਾਦ ਹੈ, ਅਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਵੋਟ ਤੰਤਰ ਵਿੱਚ ਆ ਗਏ। ਵੋਟ ਤੰਤਰ ਦੀ ਵੱਡੀ ਦਿੱਕਤ ਇਹ ਆਈ ਕਿ ਇਹਦੇ ਵਿੱਚ ਗੁਣ ਦੀ ਥਾਂ 'ਤੇ ਗਿਣਤੀ ਪ੍ਰਧਾਨ ਹੋ ਗਈ, ਅਤੇ ਉਹ ਗਿਣਤੀ ਨੇ ਸਾਨੂੰ ਕਿੰਨਾ ਤੰਗ ਕਰ ਦਿੱਤਾ। ਅਸੀਂ ਉਹ ਗਿਣਤੀ ਨੂੰ ਖਿੱਚਣ ਖਾਤਰ ਲਗਭਗ ਸਾਰੀਆਂ ਜਿਹੜੀਆਂ ਸ਼ਰਤਾਂ ਸੀ ਉਹ ਤਿਆਗ ਦਿੱਤੀਆਂ, ਅਤੇ ਬਹੁਤ ਬਹੁਤ ਮਾੜਾ ਹਸ਼ਰ ਹੋਇਆ। ਤਾਂ ਹਿੰਦੁਸਤਾਨ ਦੀ ਜਿਹੜੀ ਸੱਤਾ ਜਿਹਦੇ ਕਰਕੇ ਸੂਬਿਆਂ ਨੂੰ ਹੱਕ ਨਹੀਂ ਮਿਲ ਰਹੇ ਉਹਦੇ ਬਾਰੇ ਤੁਸੀਂ ਬਹੁਤ ਗੱਲਾਂ ਕਰ ਲਈਆਂ ਕਿ ਉਹਦੀ ਵਿਰਤੀ ਸਾਮਰਾਜਵਾਦੀ ਹੈ, ਉਹਦੀ ਵਿਰਤੀ ਰਾਸ਼ਟਰਵਾਦੀ ਹੈ, ਅਤੇ ਉਹਦੇ ਵਿੱਚ ਕੁਛ ਜਿਹੜੀਆਂ ਬਹੁਤ ਤਿੱਖੀਆਂ ਹੋ ਗਈਆਂ ਅੱਜ ਕੱਲ੍ਹ ਦੇ ਦਿਨਾਂ ਵਿੱਚ ਗੱਲਾਂ। ਇੱਕ ਤਾਂ ਉਹ ਇਹ ਹੋ ਗਈ ਕਿ ਰਾਜਨੀਤਿਕ ਮਾਮਲਿਆਂ ਦੇ ਵਿੱਚ ਜਿਹੜੀ ਫੌਜ ਦੀ ਵਰਤੋਂ ਹੋ ਗਈ ਉਹ ਇੰਨੀ ਹੋ ਗਈ ਕਿ ਇੱਦਾਂ ਜਾਪਣ ਲੱਗ ਗਿਆ ਕਿ ਫੌਜ ਬਾਹਰਲੀਆਂ ਜੰਗਾਂ ਖਾਤਰ ਨਹੀਂ ਹੈ ਅਤੇ ਫੌਜ ਅੰਦਰਲੇ ਲੋਕਾਂ ਨੂੰ ਸੂਤ ਕਰਨ ਖਾਤਰ ਹੋ ਗਈ। ਦੂਸਰੀ ਗੱਲ ਜਿਹੜੀ ਖਿਲਾਫ ਪੂੰਜੀਵਾਦ ਨਾਲ ਇੰਨੀ ਭਾਈਵਾਲੀ ਹੋ ਗਈ, ਇੱਕ ਜਿਹੜੀ ਸਭ ਤੋਂ ਵੱਡੀ ਦਿੱਕਤ ਹਿੰਦੁਸਤਾਨ ਦੇ ਵਿੱਚ, ਜਦ ਤੁਸੀਂ ਸੰਵਿਧਾਨਾਂ ਨੂੰ ਪੜ੍ਹੋ, ਗੱਲਾਂ ਧਾਰਾਵਾਂ ਨੂੰ ਪੜ੍ਹੋ, ਤਾਂ ਗੱਲਾਂ ਧਾਰਾਵਾਂ ਕਈ ਵਾਰੀ ਤੁਹਾਨੂੰ ਠੀਕ ਲੱਗਦੀਆਂ ਨੇ ਵੀ ਇਹ ਗੱਲ ਠੀਕ ਹੈ, ਕੋਈ ਨੀਤੀ ਪੜ੍ਹ ਲਓ, ਵਿੱਦਿਆ ਨੀਤੀ ਪੜ੍ਹ ਲਓ, ਗੱਲਾਂ ਠੀਕ ਲੱਗਦੀਆਂ ਨੇ, ਪਰ ਇੱਥੇ ਜਿਹੜਾ ਸਭ ਤੋਂ ਵੱਡਾ ਫਾਸਲਾ ਵਿਧਾਨ ਅਤੇ ਅਮਲ ਦਾ ਫਾਸਲਾ, ਉਹ ਫਾਸਲਾ ਇੰਨਾ ਵੱਡਾ ਕਿ ਉਹ ਦੱਸਿਆ ਵੀ ਨਹੀਂ ਜਾਂਦਾ, ਅਤੇ ਉਹ ਸਾਡੇ ਆਪਣੇ ਹੀ ਨੇ, ਅਸੀਂ ਆਪ ਵੀ ਉਸ ਦੇ ਵਿੱਚ ਸਾਰੇ ਸ਼ਾਮਿਲ ਹਾਂ। ਅਤੇ ਇੱਕ ਜਿਹੜੀ ਸਾਡੇ ਲਈ ਵੱਡੀ ਸਮੱਸਿਆ ਇਹ ਆ ਕਿ ਜਿਹੜਾ ਪੱਛਮੀ ਪੰਜਾਬ ਹੈ, ਅਤੇ ਪੱਛਮੀ ਪੰਜਾਬ ਨਾਲ ਸਾਡਾ ਕੋਈ ਰਾਬਤਾ ਕਿਸ ਤਰ੍ਹਾਂ ਦਾ ਬਣੇ, ਉਹਦੇ ਵਿੱਚ ਸਾਡੇ ਲਈ ਜਿਹੜੀ ਕੇਂਦਰੀ ਹਕੂਮਤ ਹੈ ਉਹ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ। ਸਾਡਾ ਬੋਲੀ ਦਾ ਮਾਮਲਾ ਹੈ, ਅਤੇ ਸਾਡਾ ਉਹਨਾਂ ਨਾਲ ਸੱਭਿਆਚਾਰ ਦਾ ਮਾਮਲਾ ਹੈ, ਸਾਡਾ ਉਹਨਾਂ ਨਾਲ ਰੋਹ ਰੀਤਾਂ ਦਾ, ਸਾਡਾ ਧਰਤੀ ਦਾ, ਸਾਰੇ ਨੁਕਤਿਆਂ ਦਾ ਮਾਮਲਾ ਹੈ। ਅਤੇ ਅਗਲੀ ਇੱਕ ਵੱਡੀ ਦਿੱਕਤ ਇਹ ਹੈ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹੜੀ ਕਾਬਜ਼ ਧਿਰ ਹੈ ਉਹ ਹੈ ਬ੍ਰਾਹਮਣਵਾਦ, ਬੜਾ ਸਪਸ਼ਟ ਹੈ ਇਸ ਮਸਲੇ ਵਿੱਚ, ਕੋਈ ਭੁਲੇਖਾ ਨਹੀਂ। ਅਤੇ ਪੰਜਾਬ ਦੇ ਵਿੱਚ ਗੁਰਮਤ ਦਾ
ਅਸਰੋ ਰਸੂਖ ਗੁਰਮਤ ਦੀ ਮਾਨਤਾ ਰਹਿਣੀ ਹੈ ਕਿਉਂਕਿ ਇਸ ਧਰਤੀ ਨੂੰ ਉਹਨਾਂ ਨੇ ਸ਼ਹਾਦਤਾਂ ਦੇ ਕੇ ਰੱਖਿਆ, ਆਜ਼ਾਦ ਕੀਤਾ। ਤਾਂ ਜਿਹੜਾ ਗੁਰਮਤ ਅਤੇ ਹਿੰਦੁਸਤਾਨ ਦੀ ਜਿਹੜੀ ਵਿਪਰਵਾਦੀ ਬ੍ਰਾਹਮਣਵਾਦੀ ਬਣਤਰ ਦਾ ਮੂਲ ਵਿਚਾਰ ਦਾ ਜਿਹੜਾ ਫਾਸਲਾ ਹੈ, ਇਹ ਫਾਸਲਾ ਫੈਡਰਲਿਜ਼ਮ ਦੇ ਵਿੱਚ ਕਿਵੇਂ ਆਪਸ ਵਿੱਚ ਇੱਕ ਸੁਰ ਹੁੰਦਾ, ਇਹ ਇੱਕ ਖਾਸੇ ਵੱਡੇ ਸੰਵਾਦ ਦਾ ਮਸਲਾ ਹੈ। ਤਾਂ ਹੁਣ ਬਹੁਤ ਹੋਰ ਗੱਲਾਂ ਬਾਤਾਂ ਹੋ ਸਕਦੀਆਂ ਨੇ, ਪਰ ਦੋ ਕੁ ਨੁਕਤੇ ਜਿਹੜੇ ਹੱਲ ਦੇ ਵਜੋਂ ਆਪਾਂ ਵੇਖ ਸਕਦੇ ਹਾਂ ਉਹ ਇਹ ਨੇ। ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਸਾਡੇ ਕੋਲ ਬਹੁਤ ਸਾਂਝਾ ਮਸਲਾ ਬੋਲੀ ਦਾ, ਜਿਹਦੇ 'ਤੇ ਅਸੀਂ ਇਕੱਠੇ ਹੋ ਸਕਦੇ ਹਾਂ, ਸਾਰੇ ਇਕੱਠੇ ਹੋ ਸਕਦੇ ਹਾਂ। ਅਤੇ ਉਹਦੇ ਵਿੱਚੋਂ ਅਗਲਾ ਮਸਲਾ ਇਹ ਕਿ ਸੰਵਾਦ ਖਾਤਰ ਅਸੀਂ ਘੱਟੋ ਘੱਟ ਜਿਹੜੀ ਸ਼ਾਬਦਿਕ ਹਿੰਸਾ ਹੈ ਉਹਦੇ ਤੋਂ ਅਸੀਂ ਮੁਕਤ ਹੋ ਸਕਦੇ ਹਾਂ। ਦੂਸਰੀ ਗੱਲ ਇਹ ਕਿ ਸਾਨੂੰ ਸਾਰਿਆਂ ਨੂੰ ਇਸ ਧਰਤੀ ਦੇ ਵਿੱਚ ਜਿਹੜਾ ਪੰਜਾਬ ਹੈ ਉਸ ਦਾ ਇਸ ਦੱਖਣੀ ਏਸ਼ੀਆ ਵਿੱਚ ਰੁਤਬਾ ਪਛਾਣਨ ਦੀ ਲੋੜ ਹੈ, ਉਹਦੀ ਵਪਾਰ ਵਜੋਂ, ਉਹਦੀ ਰਾਜਨੀਤੀ ਵਜੋਂ, ਉਹਦੀ ਖਤਰੇ ਵਜੋਂ ਉਹਦੀ ਕੀ ਅਹਿਮੀਅਤ ਹੈ। ਅਤੇ ਅਗਲੀ ਗੱਲ ਇਹ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਬਾਕੀ ਧਿਰਾਂ ਇਸ ਖਾਤਰ ਲੜ ਰਹੀਆਂ ਨੇ ਉਹਨਾਂ ਨਾਲ ਗੱਠਜੋੜ ਦੀ ਕਿਸੇ ਦੀ ਲੋੜ ਹੈ। ਅਤੇ ਅਖੀਰਲੀ ਗੱਲ ਇਹ ਹੈ ਕਿ ਸਾਨੂੰ ਇੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਧਾਰਾ ਲੈ ਕੇ ਆਉਣੀ ਪੈਣੀ ਆ ਕਿ ਜਿਹੜਾ ਰਾਜ ਹੈ ਉਹ ਹਲੇਮੀ ਹੋਵੇ। ਜੇ ਰਾਜ ਦੇ ਕੋਲ ਨਿਮਰਤਾ ਨਹੀਂ ਹੈ, ਜੇ ਰਾਜ ਕੋਲ ਹਉਮੈ ਆ, ਜੇ ਰਾਜ ਦੂਜਿਆਂ 'ਤੇ ਧੌਂਸ ਕਰਦਾ ਤਾਂ ਫਿਰ ਉਹ ਚਾਹੇ ਫੈਡਰਲ ਦਾ ਹੋ ਜਾਵੇ, ਜਿਹੜਾ ਵੀ ਉਸ ਧਿਰ ਦੇ ਉੱਤੇ ਕਾਬਜ ਹੈ ਉਹ ਲੋਕਾਂ ਨੂੰ ਸੁੱਖ ਨਹੀਂ ਦੇ ਸਕਦਾ। ਇੰਨੀਆਂ ਕੁ ਬੇਨਤੀਆਂ ਨੇ, ਬਹੁਤ ਸੀਮਤ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.